ਇਹ ਸ਼ਿਵਾਲਿਆ ਕੈਮਰੀ ਦੇ ਵਿੱਚੋਂ ਇੱਕ ਇਨਫੋਰਮੇਸ਼ਨ ਆਈ ਸਾਨੂੰ ਹੋਸਪਿਟਲ ਤੋਂ ਰੁਕਾ ਵੀ ਆਇਆ ਸੀ ਵੀ ਇੱਕ ਵਿਜੇ ਕੁਮਾਰ ਹੈ ਜਿਹੜੀ ਉਹ ਬਰੋਡ ਡੈੱਡ ਹੋਸਪਿਟਲ ਵਿੱਚ ਗਿਆ ਵਾ ਅਤੇ ਮੈਂ ਜਾ ਗਿਆ ਮੌਕੇ 'ਤੇ ਜਾ ਕੇ ਦੇਖਿਆ ਤਾਂ ਜਿਹੜਾ ਵਿਜੇ ਕੁਮਾਰ ਹੈ ਉਹਦਾ ਇੱਕ ਦੋਸਤ ਹੈ ਇੰਦਰਜੀਤ ਸਿੰਘ ਭੰਬੀ ਉਹਦੇ ਘਰ ਗਿਆ ਸੀ ਉਹਦਾ ਬੇਟਾ ਮੈਂਟਰੀ ਪ੍ਰਪੇਅਰ ਨਹੀਂ ਹੈਗਾ ਉਹਨੂੰ ਕਹਿੰਦਾ ਵੀ ਮੈਂ ਰੋਟੀ ਨਹੀਂ ਖਾਂਦਾ ਰੋਟੀ ਖਿਲਾਉਣ ਲਈ ਗਿਆ ਸੀ ਇਨ ਬਿਟਵੀਨ ਉਹ ਕੋਠੇ 'ਤੇ ਚੜ੍ਹ ਗਏ ਅਤੇ ਉੱਥੋਂ ਉਹਨਾਂ ਦੇ ਵਿੱਚ ਆਪਸ ਕਸ਼ਮਾ ਕਸ਼ਮ ਹੋਈ ਅਤੇ ਜਿਹਦੇ ਕਰਕੇ ਜਿਹੜਾ ਉਹ ਵਿਜੇ ਆ ਉੱਤੋਂ ਥੱਲੇ ਡਿੱਗਿਆ ਅਤੇ ਉਹਦੇ ਸਿਰ 'ਚ ਸੱਟ ਲੱਗਣ ਕਰਕੇ ਉਹਦੀ ਮੌਕੇ 'ਤੇ ਡੈੱਥ ਹੋ ਗਈ ਸੀ ਅਤੇ ਹੁਣ ਅਸੀਂ ਉਹਨਾਂ ਦੇ ਪੇਰੈਂਟਸ ਬੁਲਾਏ ਆ ਉਹਦਾ ਬ੍ਰਦਰ ਆਇਆ ਹੈਗਾ ਇੱਥੇ ਸੰਜੀਵ ਕੁਮਾਰ ਜੀ ਉਹਦੇ ਬਿਆਨ ਦੇ ਉੱਤੇ ਅਸੀਂ ਅਗਲੀ ਕਾਰਵਾਈ ਸ਼ੁਰੂ ਕੀਤੀ ਆ ਮੁਕੱਦਮਾ ਦੇ ਕੇ ਅਗਲੀ ਕਾਰਵਾਈ ਅਸੀਂ ਅਮਲ 'ਚ ਲਿਆ ਸਰ ਕੀ ਧਾਰਾ ਤਹਿਤ ਮੁਕੱਦਮਾ ਹੋਇਆ ਧਾਰਾ ਅਸੀਂ 304 ਲਈ ਜੀ ਸਰ ਐਸਾ ਵੀ ਕੁਛ ਹੈ ਕਿ ਜਿਹੜਾ ਬੰਦੇ ਨੇ ਧੱਕਾ ਦਿੱਤਾ ਉਹਨੂੰ ਜਿਹੜਾ ਤਾਂ ਕਰਿਆ ਐਸੀ ਜਾਣਕਾਰੀ ਮਿਲ ਰਹੀ ਸੀ ਹਾਂਜੀ ਬਿਲਕੁਲ ਇਹ ਜਿਹੜਾ ਮੁੰਡਾ ਆ ਉਹ ਆਪ ਦਵਾਈ ਨਹੀਂ ਸੀ ਖਾ ਰਿਹਾ ਅਤੇ ਉਹਨੂੰ ਆਪਸ ਵਿੱਚ ਇੱਕ ਦੂਜੇ ਨਾਲ ਫੜਦੇ ਸੀਗੇ ਤੇ ਉਹਦਾ ਕਿਤੇ ਹੱਥ ਦੂਜਾ ਹੋ ਗਿਆ ਉਹਦਾ ਹੱਥ ਲੱਗਿਆ ਜਿਸ ਕਰਕੇ ਉਹ ਥੱਲੇ ਕੋਠੇ ਤੋਂ ਥੱਲੇ ਕਾਫੀ ਉੱਚਾ ਹੋ ਗਿਆ ਸਰ ਉਹ ਘੱਟ ਤੋਂ ਘੱਟ 25 ਫੁੱਟ ਹੈਗਾ 25 ਫੁੱਟ ਤੋਂ ਜੀ ਤੀਜੀ ਮੰਜ਼ਿਲ ਤੋਂ ਕਹਿ ਰਹੇ ਸੀ ਨਹੀਂ ਦੂਜੀ ਮੰਜ਼ਿਲ ਤੇ ਜਾਣੀ ਕਿ 20 ਫੁੱਟ ਉਹ ਤੇ 4 ਫੁੱਟ ਦਾ ਵੱਧ ਰਹਾ ਉੱਤੇ